ਹੁਣ ਤੇ ਰਿਸ਼ਤੇਦਾਰੀ ਖੁੜੀ ਹੋ ਗਈ। ਹਾਂ ਹੁਣ ਤੇ ਤੂੰ ਤੂੰ ਤੇ ਭਾਬੀ ਦੋਈ ਵਾਲੀ ਗੱਲ ਚਲਾ ਲਓ। ਉਹ ਮੈਂ ਕਹਿੰਦਾ ਤਾਂ ਪਹਿਲਾਂ ਆਪਣਾ ਕੀਤਾ। ਅੱਛਾ ਸਬੀਮੀ ਸਕੀਮ ਸਕੀਮ ਸਮਝਿਆ ਕਰ। ਨਹੀਂ ਮੈਨੂੰ ਤੇ ਇਹ ਸਕੀਮ ਅੱਜ ਸਮਝ ਆ ਰਹੀ ਆ। ਸਮਝ ਲਾ ਮੈਂ ਸਮਝ ਆ ਗਿਆ ਤੂੰ। ਚਲ ਠੀਕ ਆ ਜੇ ਤੇਰਾ ਪਹਿਲਾਂ ਕਰਾਂਦਾ ਮੈਂ ਤੇਰੀਆਂ ਮਿਹਨਤਾਂ ਕਰਨੀਆਂ ਸੀ ਹੁਣ ਤੂੰ ਮੇਰੀਆਂ। ਚੱਲ ਭਰਾਵਾ ਫਰਕ ਤਾਂ ਆਹੀ ਆ ਤੂੰ ਮੇਰਾ ਰਿਸ਼ਤਾ ਕਿਹੜਾ ਬਦਲੀ ਜੋ ਕਹੇਗਾ ਤੈਨੂੰ ਮਿਲ ਜਾਏਗਾ। ਚੱਲ ਠੀਕ ਆ ਮੈਂ ਕਰ ਲੈਂਦਾ ਗੱਲ। ਠੀਕ ਆ ਤੁਸੀਂ ਚਲੋ ਮੈਂ ਜਾਊਂ ਫਿਰ। ਠੀਕ ਆ ਸਰ ਇਹ ਭਾਬੀ ਨੂੰ ਨਾਲੇ ਲੈ ਜਾ ਫਿਰ। ਮੈਂ ਨਹੀਂ ਆਊਂ ਤੁਸੀਂ ਜਾਓ। ਤੂੰ ਜਾ ਭਾਬੀ ਜੀ ਕਾਕਾ ਜਾਓ ਅਸੀਂ ਹਲੇ ਜਗੇਰੀ ਮੈਂ ਆਈ ਭਾਬੀ ਨੂੰ ਨਾਲ ਬੁਲਾਉਣਾ ਅਸੀਂ ਹਲੇ ਜਗੇਰੀ ਮੱਥਾ ਟੇਕਣ ਜਾਵਾਂਗੇ। ਮੱਥਾ ਟੇਕਣਾ ਹੋ ਸਾਡੀ ਭੂਆ ਹਲੇ ਫੱਕੂ ਬਣਾ ਕੇ ਬੈਠਾ ਉਹ ਕੀ ਕਰਨਾ ਕਹਿੰਦੀ ਫੁੱਫੜ ਦੀ ਦਾੜੀ ਕਮਾਣੀ ਖਤਰਨਾਕ ਜਿਹਾ ਬੰਦਾ ਖਰਾਬ ਜਿਹਾ। ਅੱਛਾ ਕਹਿ ਨਾ ਰਹੀ ਮੈਂ ਬਾਜ ਮੇਲੇ ਦੇ ਨਾਲ ਚੱਲ ਜਾਂਦਾ ਨਾ ਤੂੰ ਘਰੋਂ ਕੁੰਡੇ ਲਾ ਕੇ ਰੱਖਣੇ ਚਾਹੁੰਦੇ। ਮੈਂ ਕਿਹਾ ਜੀ ਤੁਹਾਡਾ ਦੋਸਤ ਬੜਾ ਵਿਆਹ ਨੂੰ ਕਾਲਾ ਹੋਇਆ ਆ। ਮਾਸੀ ਨਿਕਲ ਚੱਲ ਚੱਲ ਜਾ ਜਲੇ ਸਵੇਰ ਨੂੰ ਬਜਾਇਆ ਤਾਂ ਹੋਰ ਚੱਲ ਭਰਾਵਾ ਉਹਦਾ ਵੀ ਦੇਖ ਕੇ ਕਿਤੇ ਪਾਸੇ ਉਹਦੇ ਬੁੜੇ ਕੋਲ ਜਾ ਕੇ ਗੱਲਬਾਤ ਕਰਦੇ ਏਦਾਂ ਤਾਂ ਨਹੀਂ ਗੱਲਬਾਤ। ਮੇਰੀ ਤੀ ਟਿੰਬੋ ਸੁਖਨਾ ਹੁਣ ਮੁਟਿਆਰ ਹੋ ਗਈ ਹੈ। ਮੈਨੂੰ ਤਾਂ ਹਰ ਵੇਲੇ ਉਹਦੇ ਵਿਆਹ ਦੀ ਚਿੰਤਾ ਖਾਂਦੀ ਰਹਿੰਦੀ ਹੈ। ਕੋਈ ਵਧੀਆ ਜਿਹਾ ਸਾਥ ਮਿਲੇ ਤਾਂ ਮੈਂ ਉਹਦੇ ਹੱਥ ਪਲੇ ਕਰਦੇ ਹਾਂ ਅਤੇ ਮੇਰੇ ਜਿਹੜੇ ਦਿਲ 'ਤੇ ਬੋਝ ਹੈ ਇਹ ਵੀ ਥੋੜ੍ਹਾ ਹਲਕਾ ਹੋ ਜਾਵੇ। ਪਰ ਪਤਾ ਨਹੀਂ ਅੱਜ ਕੱਲ੍ਹ ਇਹ ਦਿਨ ਹੋਵੇ ਤੁਸੀਂ ਮੇਰੀ ਬਾਗਾ ਵੱਲ ਬਹੁਤ ਖਿਲਰ ਜਾਂਦੀ ਹੈ। ਉਹ ਆ ਜਾਵੇ ਆ ਜਾ ਭਾਈ ਕੀ ਗੱਲ ਹੈ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਹਾਂ ਹਾਂ ਠੀਕ ਠਾਕ ਹੈ ਤੂੰ ਸੁਣਾ ਕਿੱਦਾਂ। ਮੈਂ ਠੀਕ ਹੈ ਜੀ। ਉਹ ਦੱਸ ਕਿੱਦਾਂ ਨਾ ਹੋਇਆ ਤੇ ਆਪਣਾ ਹੀ ਲੱਗ ਰਿਹਾ ਜੀ। ਉਹ ਆਪਣਾ ਹੀ ਲੱਗ ਰਿਹਾ ਕੀ ਗੱਲ। ਉਹ ਜੀ ਇੱਕ ਗੱਲ ਸੀਗੀ ਜੀ। ਗੱਲ ਸੀਗੀ ਬੰਦੇ ਨੇ ਡਾਂਗ ਵੀ ਫੜੀ ਹੋਈ। ਉਹ ਕੀ ਗੱਲ ਹੋ ਗਈ ਕਿੱਦਾਂ ਦੀ ਗੱਲ ਸੀ। ਇਹਦੇ ਹਿਸਾਬ ਨਾਲ ਗੱਲ ਕਰਾਂ ਹੋਰੇ ਨਾ ਮੋਰੇ ਬਣਾ ਕੇ ਪੜਦੇ ਜਾਂ ਕਦੇ ਖਿਲਾਨੀ ਘੁਮਾ ਫਰਾ ਵੀ। ਉਹ ਭਾਈ ਕਿਹੜੀਆਂ ਗੱਲਾਂ ਕਰੀ ਜਾਂਦਾ ਕੀ ਗੱਲ ਹੈ ਦੱਸ। ਉਹ ਮੈਨੂੰ ਜੀ ਤੁਹਾਡੇ ਰਿਸ਼ਤੇਦਾਰਾਂ ਨੇ ਭੇਜਿਆ ਹੈਗਾ ਜੀ। ਮੇਰੇ ਰਿਸ਼ਤੇਦਾਰ ਨੇ ਭੇਜਿਆ। ਉਹ ਜਿਹੜੇ ਤੁਹਾਡੇ ਭੂਆ ਦੇ ਮੁੰਡੇ ਦੇ ਚਾਚੇ ਦੀ ਕੁੜੀ ਦੇ ਕਹਾ ਫੁੱਫੜ ਦਾ ਰਿਸ਼ਤੇਦਾਰ ਜਿਹੜਾ ਉਹਨਾਂ ਦੇ ਵਿਆਹ ਦੇ ਵਿੱਚ ਹਲਵਾਈ ਆਇਆ ਸੀ ਉਹਨੇ ਭੇਜਿਆ ਜੀ। ਉਹ ਭਾਈ ਜੇ ਮੇਰੇ ਰਿਸ਼ਤੇਦਾਰ ਨੇ ਤੈਨੂੰ ਭੇਜਿਆ ਹੈ ਹਾਂਜੀ ਭਾਈ ਖਰੇ ਕੰਮ ਨੂੰ ਭੇਜਿਆ ਹੋਣਾ। ਆਹੋ ਜੀ ਉਹ ਮੈਂ ਰਿਸ਼ਤਾ ਲੈ ਕੇ ਆਇਆ ਹੈਗਾ ਜੀ। ਰਿਸ਼ਤਾ ਲੈ ਕੇ ਆਇਆ ਤੁਹਾਡੀ ਧੀ ਵਾਸਤੇ। ਅੱਛਾ ਮੇਰੀ ਧੀ ਟਿੰਮੋ ਵਾਸਤੇ। ਉਹ ਭਾਈ ਇਹ ਦੱਸ ਉਹ ਮੁੰਡਾ ਕਿਹੜੇ ਖਾਨਦਾਨ ਚੋਂ ਹੈ ਤੇ ਕਿੱਦਾਂ ਦਾ ਹੈ। ਮੁੰਡਾ ਜੀ ਰਾਜੇ ਰਾਜ ਘਰਾਨੇ ਚੋਂ ਆ ਜੀ। ਰਾਜਿਆਂ ਦੇ ਘਰ ਮੇਰੀ ਧੀ ਦਾ ਰਿਸ਼ਤਾ ਹੋਵੇਗਾ। ਆਹੀ ਰਾਜਾ ਕੁੰਭਾ ਸਿੰਘ। ਅੱਛਾ ਹਾਂਜੀ ਰਾਜਾ ਕੁੰਭਾ ਸਿੰਘ ਨੂੰ ਮੇਰੀ ਧੀ ਪਸੰਦ ਆ ਗਈ ਹੈ। ਮਾਸ਼ਾਅੱਲਾ ਤੇਰੇ ਸਾਹਮਣੇ ਇਤਨੀ ਗੱਲ ਕਰਦੇ ਵੀ ਨਹੀਂ ਚੰਗੀ ਲੱਗਦੀ। ਮੇਰੀ ਪਸੰਦ ਕਰਕੇ ਤਾਂ ਇੱਥੇ ਤੱਕ ਸਾਲਾ ਚੱਕਰ ਪਿਆ ਜੀ। ਦੇਖ ਅਸੀਂ ਗਰੀਬ ਹੁੰਦੇ ਹਾਂ ਹਾਂਜੀ ਤੇ ਕਿਤੇ ਰਾਜਿਆਂ ਦੇ ਰਿਸ਼ਤੇ ਤੋਂ ਲੈ ਕੇ ਸਾਡੇ ਘਰ ਆਏ ਹਾਂਜੀ ਤੇ ਫਿਰ ਜੇ ਮੇਰੀ ਧੀ ਨੂੰ ਇਹ ਰਿਸ਼ਤਾ ਪਸੰਦ ਹੈ ਹਾਂਜੀ ਤਾਂ ਫਿਰ ਮੈਨੂੰ ਕੀ ਇਤਰਾਜ਼ ਹੋ ਸਕਦਾ ਹੈ। ਦੇਖੋ ਜੀ ਇਹ ਮੁੰਡੇ ਵਾਲੇ ਦੀ ਸ਼ਰਤ ਹੈ। ਮੁੰਡੇ ਵਾਲੇ ਦੀਆਂ ਕੋਈ ਸ਼ਰਤਾਂ ਵੀ ਆ। ਹਾਂਜੀ ਉਹ ਕਹਿੰਦੇ ਜੀ ਦੇਖੋ ਜੀ ਅਸੀਂ ਲੈਣਾ ਦੇਣਾ ਕੁਛ ਨਹੀਂ ਪਰਮਾਤਮਾ ਦਾ ਦਿੱਤਾ ਸਭ ਕੁਛ ਹੀ ਹੈ। ਉਹ ਦੇਖ ਭਾਈ ਸਾਨੂੰ ਤਾਂ ਇੱਕੋ ਇੱਕ ਤੁਹਾਡੀ ਧੀ ਕੰਨਿਆ ਜਾਨੀ ਲਕਸ਼ਮੀ ਚਾਹੀਦੀ ਹੈ। ਉਹ ਭਾਈ ਦੇਖ ਅਸੀਂ ਤਾਂ ਅੱਗੇ ਗਰੀਬ ਬੰਦੇ ਆ ਹਾਂਜੀ ਕੀ ਦੇ ਸਕਦੇ ਹਾਂ ਅਸੀਂ ਨਾਲੇ ਰਾਜਿਆਂ ਨੂੰ ਅਸੀਂ ਕੀ ਦੇ ਸਕਦੇ ਹਾਂ। ਉਹ ਸਾਡੇ ਕੋਲ ਤਾਂ ਇੱਕ ਧੀ ਹੈ ਹਾਂਜੀ ਉਹਦਾ ਕੰਨਿਆ ਦਾਨ ਕਰਦੇ ਹਾਂ ਜੀ। ਓਹੋ ਭਈਆ ਕਿਉਂ ਦਿਲ ਹੌਲਾ ਕਰਦਾ। ਉਹ ਸਭ ਤੋਂ ਮਹਾਦਾਨ ਤਾਂ ਕੰਨਿਆ ਦਾਨ ਹੀ ਉਹ ਜਿਹਨੇ ਧੀ ਦਾਨ ਕਰਤੀ ਉਹਨੇ ਰਹਿ ਕੀ ਗਿਆ ਵਾਕਈ ਆ। ਉਹ ਭਾਈ ਇਹ ਕੋਈ ਸੋਚਦਾ ਹੈ ਨਹੀਂ ਤਾਂ ਹੁਣ ਤਾਂ ਰਿਸ਼ਤਾ ਬਾਅਦ ਚ ਹੁੰਦਾ ਹੈ ਪਹਿਲਾਂ ਲੈਣ ਦੇਣ ਦੇ ਕੰਮ ਹੁੰਦਾ ਹੈ। ਓਹੋ ਦੇਖ ਮੇਰੀ ਗੱਲ ਸੁਣ ਭਈਆ ਲੈਣ ਦੇਣ ਕੀ ਆ ਰੁਪਈਆ ਧੇਲਾ ਜਿੰਨਾ ਮਰਜ਼ੀ ਇਕੱਠਾ ਕਰ ਲੈ ਹਾਂ ਮਾੜਾ ਜਿਹਾ ਨੁਸਖ ਸਰੀਰ ਦੇ ਵਿੱਚ ਨੁਸਖ ਪੈ ਜਾਂਦਾ ਹਾਂ ਹਾਂ ਸਾਰਾ ਰੁਪਈਆ ਇੱਕ ਘੰਟੇ 'ਚ ਖਰਾਬ ਹੋ ਜਾਂਦਾ।
ਭਾਈ ਚੰਗੇ ਕੰਮ ਕਰਾਂਗੇ, ਰੱਬ ਦੇ ਲੇਖੇ ਲੱਗਾਂਗੇ, ਪਰਮਾਤਮਾ ਵੀ ਸਹੀ ਸਲਾਹਦਾ, ਸਹੀ ਗੱਲ ਆਖਦਾ। ਇਸ ਕਰਕੇ ਨਾ ਕਿਸੇ ਨੂੰ ਤੰਗ ਕਰੋ, ਨਾ ਆਪ ਤੰਗ ਹੋ। ਹਾਂ ਇਹ ਗੱਲ ਤਾਂ ਠੀਕ ਹੈ, ਪਰ ਠੀਕ ਹੈ ਜੇ ਰਾਜਿਆਂ ਨੂੰ ਸਾਡੀ ਧੀ ਪਸੰਦ ਹੈ ਤਾਂ ਠੀਕ ਹੈ, ਅਸੀਂ ਕੋਈ ਵਿਆਹ ਦਾ ਚੰਗਾ ਜਿਹਾ ਦਿਨ ਰੱਖ ਕੇ ਭਾਈ ਸੁਨੇਹਾ ਭੇਜ ਦਿਆਂਗੇ। ਸੁਨੇਹਾ ਸੁਨਹਾਨੀ ਜੀ, ਹਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸੱਦੋ, ਮੈਂ ਤਾਂ ਮੁੰਡਾ ਬਾਹਰ ਖੜਾ ਕੀਤਾ ਪਿੰਡੋਂ। ਭਾਈ ਜੇ ਤੂੰ ਇੱਦਾਂ ਚਾਹਨਾ ਤਾਂ ਚਾਹ, ਫਿਰ ਤੂੰ ਵੱਡੇ ਨੂੰ ਲਿਆ ਤੇ ਮੈਂ ਵਿਆਹ ਦੀ ਤਿਆਰੀ ਕਰਾ ਦੇ। ਅੱਛਾ ਠੀਕ ਹੈ, ਚੰਗਾ ਕੋਈ ਨੀ, ਹੁਣ ਨੀ ਜਦ ਤੇਰਾ ਜਵਾਨ ਹੋ ਗਈ, ਹੁਣ ਕਾਹਦਾ ਮੁੱਕਰਨਾ। ਮੇਰਾ ਬੂਥਾ ਦੇਖ ਲਓ, ਮੈਂ ਹੀ ਆਣਾ। ਠੀਕ ਹੈ ਠੀਕ ਹੈ ਠੀਕ ਹੈ ਜੀ, ਚੰਗਾ ਜੀ, ਠੀਕ ਹੈ ਠੀਕ ਹੈ, ਚੰਗਾ। ਤੋ ਲੈ ਵੇ ਸਰਦਾਰ ਸਿਆ, ਉਹ ਤੇਰੀ ਧੀ ਦੇ ਤਾਂ ਭਾਗ ਖੁੱਲ ਗਏ ਨੇ, ਦੇਖ ਕਿੱਥੇ ਤੂੰ ਉਹਦੇ ਵਿਆਹ ਦੀ ਚਿੰਤਾ ਕਰੀ ਬੈਠਾ ਸੀ ਤੇ ਕਿੱਥੇ ਉਹ ਰਾਜਿਆਂ ਦੇ ਘਰ ਵਿਆਹੀ ਜਾ ਰਹੀ ਹੈ। ਉਸ ਬਾਲਕ ਦੇ ਪਾਣੇ ਨੂੰ ਕੌਣ ਜਾਣਦਾ, ਜੋ ਕਰਦਾ ਭਲੀ ਕਰਦਾ। ਰਾਜੀ ਲੋ ਰਾਜੀ ਲੋ, ਠੀਕ ਹੈ ਭਾਈ, ਅਤੇ ਮੁੰਡੇ ਨੂੰ ਬਿਠਾ ਦੂੰ ਅਤੇ ਮੈਂ ਕੁੜੀਆਂ ਨੂੰ ਆਵਾਜ਼ ਲਗਾਉਣਾ ਹੈ ਕਿ ਉਹ ਧੀ ਤੀਮੋ ਨੂੰ ਲੈ ਕੇ ਆਉਣ। ਉਹ ਕੁੜੀਓ ਤੁਸੀਂ ਧੀ ਤੀਮੋ ਨੂੰ ਲੈ ਕੇ ਆਓ। ਆ ਕਿਹੜੀ ਡਾਂਸਰ ਆ, ਪੰਡਿਤ ਜੀ ਨੂੰ ਸਿਹਤ ਤਾਂ ਭੇਜਿਆ ਸੀ, ਥੋੜੇ ਲੇਟ ਹੋ ਗਏ ਲੱਗਦੇ। ਆਓ ਪੰਡਿਤ ਜੀ, ਆਏ ਗਏ, ਆਜੋ ਆਜੋ ਪੰਡਿਤ ਜੀ, ਆਜੋ। ਹਾਂਜੀ ਹਾਂਜੀ, ਤੂੰ ਮੇਰੀ ਭੂਆ ਪਹੁੰਚਿਆ, ਤੈਨੂੰ ਪਛਾਣਾ, ਪਹਿਲੀ ਵਾਰ ਆਏ ਇੱਥੇ, ਹੋਰ ਤੈਨੂੰ ਮਛਲੀ ਭੁੱਲ ਗਈ ਦੀ। ਕਿਆ ਕਰਨਾ ਹੈ, ਆਧਾਰ ਕਾਰਡ ਬਣਾਉਣਾ ਹੈ, ਆ ਫਿੰਗਰ ਪ੍ਰਿੰਟ ਲੈ ਲਾ ਤੇ ਗਾਹਾਂ ਤੋਰ। ਪਹਿਲੇ ਚੌਂਕਾ ਤੋੜ ਲੈਂਦੇ ਆ, ਫਿਰ ਚੌਂਕਾ ਪੱਟਿਆ ਕਿਹੜੇ ਸਾਲੇ ਨੇ, ਉਹ ਚੌਂਕਾ ਪੂਰੀ ਦਾ ਪਹਿਲਾ ਫਿਰ ਲਾਵਾਂ ਹੁੰਦੀ ਆ ਪੂਰਲਾ ਪੂਰਲਾ ਬਰਾਬਰ ਤਾਂ ਪੂਰ ਨੂੰ ਲੱਗਾ, ਇਹ ਚੌਂਕਾ ਪੂਰ ਨੂੰ ਲੱਗਾ ਕਿ ਢੇਰੀ ਨੂੰ ਲੱਗਾ, ਤੂੰ ਗੰਦ ਨਹੀਂ ਪਾਉਣਾ ਵਿਆਹ ਕਰ। ਅੱਛਾ ਗੋਡੀ ਦੋ ਦੇ ਹੁੰਦੀ, ਪਹਿਲਾ ਚੌਂਕਾ ਪੂਰਨਾ ਫਿਰ ਲਾਵਾਂ ਹੋਣੀਆਂ। ਚੌਂਕਾ
ਕੀ ਗੱਲ ਹੋਈ ਨਹੀਂ ਪਹਿਲਾਂ ਤੂੰ ਕਿਲਿਆ ਗਿਆ ਬਹੁਤ ਮੈਨੂੰ ਕੀ ਪਤਾ ਹੁਣ ਕੀ ਮੰਗਦਾ ਜੋ ਮੇਰੇ ਮੂੰਹ ਜਾ ਮੈਂ ਦੇਤਾ ਪਹਿਲੀ ਲਾਮ ਚਲਾਈ ਪਰ ਇਹਨੂੰ ਹੋ ਜਾ ਕਿਸੇ ਦੇ ਬੱਚੇ ਜਾਣਾ ਆਟਾ ਛਾਣੀਏ ਦੂਜੀ ਲਾਮ ਚਲਾਈ ਆਟਾ ਗੁੰਨੀਏ ਉੱਠ ਕੇ ਲਾਵਾਂ ਲੈ ਲੈਣੀ ਝਾਟਾ ਮੁੰਨੀਏ ਖੜਕ ਮੈਂ ਆਇਆ ਹੈ ਪੰਡ ਕਿਤੂ ਆ ਪੜਦਾ ਰੇ ਕੰਮ ਕਰ ਘੰਟਾ ਹੋ ਗਿਆ ਕਦੀ ਆਟਾ ਛਾਣੀ ਜਾਣਾ ਕਦੇ ਗੁੰਨੀ ਜਾਣਾ ਬਸ ਤੀਜੀ ਲਾਮ ਚਲਾਈ ਰੋਟੀ ਪਕਾਈਏ ਚੌਥੀ ਲਾਮ ਚਲਾਈ ਰਲਕੇ ਖਾਈਏ ਬਸ ਪੰਜਵੀਂ ਲਾਮ ਚਲਾਈ ਚੱਲ ਹੱਕ ਕੇ ਆਈਏ ਤੁਹਾਨੂੰ ਵੀ ਵਧਾਈਆਂ ਜੀ ਹਾਂਜੀ ਹਾਂਜੀ ਦੇਖੋ ਜੀ ਭਾਰ ਹਲਕਾ ਹੁੰਦਾ ਚੰਗੀ ਹੈ ਜੀ
ਸਹੀ ਆਖਿਆ ਤੁਸੀਂ, ਪਰ ਆ ਬੰਦਾ ਨਹੀਂ ਮੈਨੂੰ ਸਹੀ ਜਿਹਾ ਲੱਗਾ ਜੀ। ਕਿਹੜਾ? ਆ ਜਿਹੜਾ ਇੱਥੇ ਬੈਠਾ ਵੀ ਬਿਨਾਂ ਟਿੱਡੇ ਜਿਹਾ ਹੋਈ ਗਿਆ। ਪੰਡਿਤ ਜੀ, ਆਹੋ ਪੰਡਿਤ ਜੀ ਆਪਣਾ ਕੰਮ ਕਰਕੇ ਚਲ ਗਏ ਨੇ। ਹਾਂਜੀ, ਤੇ ਤੁਸੀਂ ਇਹ ਕਰੋ, ਆਪਣੀ ਧੀ ਰਾਣੀ ਨੂੰ ਉਠਾਲੋ, ਇਹਨੂੰ ਸਿੱਖਿਆ ਦਿਓ, ਇਹਨੂੰ ਸਮਝਾਓ ਵੀ ਸਹੁਰੇ ਘਰ ਦੇ ਵਿੱਚ ਕਿੱਦਾਂ ਰਹਿਣਾ। ਠੀਕ ਹੈ ਜੀ? ਠੀਕ ਹੈ ਭਾਈ ਸਾਹਿਬ, ਇਹਨੂੰ ਉਠਾਲੋ ਵਿਚਾਰੀ ਨੂੰ। ਤੇ ਹੁਣ ਗੋਲੀ ਤੋਲਦੇ। ਹਾਂਜੀ ਟਿਮੋ, ਦੇਖ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਤੁਹਾਡੀ। ਕੀ ਗੱਲ ਹੋਈ? ਤੂੰ ਪਿੱਛੇ ਪੀ ਕਰਦਾ ਖੜਾ ਹੋਈ, ਤੈਨੂੰ ਸਾਲਿਆ ਕਿਹੜੀ ਚੀਜ਼ ਨੂੰ ਟਿਕਣ ਦਿੰਦੀ ਤੈਨੂੰ? ਘੰਟਾ ਹੋ ਗਿਆ ਤੂੰ ਫਰੀ ਹਲਕੀ ਟੁੱਟੀ ਜਾਊ ਹੈ, ਉਹ ਆ ਗਈ ਜੀ। ਆ ਪਹਿਲਾਂ ਫੜਾ ਜੀ, ਪਹਿਲਾਂ ਪਹਿਲਾਂ ਫੜਾ, ਪਹਿਲਾਂ ਠੀਕ ਹੈ। ਹਾਂਜੀ ਪਹਿਲਾਂ ਫੜਾ, ਪਹਿਲਾਂ ਦੇਖ ਅਸੀਂ ਤੈਨੂੰ ਬੜੇ ਚਾਵਾਂ ਤੇ ਲਾਡਾਂ ਦੇ ਨਾਲ ਪਾ ਲਿਆ, ਦੇਖਦੀਏ ਆਪਣੇ ਸਹੁਰੇ ਘਰ ਦੇ ਵਿੱਚ ਜਾ ਕੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਰਹਿਣਾ ਹੈ, ਤੇ ਜਿੱਦਾਂ ਜੀ ਅਸੀਂ ਤੈਨੂੰ ਸ਼ਿਕਸ਼ਾ ਦਿੱਤੀ ਹੈ ਤੇ ਉਹਨੂੰ ਬਰਕਰਾਰ ਰੱਖਣਾ, ਤੇ ਜਾਂਦੀ ਜਾਂਦੀ ਦੀਏ ਮੇਰੀ ਗੱਲ ਸੁਣ। ਗੱਲ ਸੁਣ ਮੇਰੀ ਲਾਡਲੀਏ, ਵਾਲਿਆ ਸੁਣਾਵੇ, ਗੱਲ ਸੁਣ ਮੇਰੀ ਲਾਡਲੀਏ, ਵਾਲਿਆ ਸੁਣਾਵੇ। ਤੇਰੀ ਹਿੱਤ ਪੁਰਾਣੀ ਏ, ਬਾਪੇ ਧੀਆਂ ਤਾਹੀ ਸੁੱਖ ਦੀ ਘੜੀ ਜਾਵੇ। ਪਿਤਾ ਜੀ, ਤੁਹਾਡੇ ਵਾਜੋਂ ਮੇਰਾ ਹੈ ਹੀ ਕੌਣ? ਦੇਖੋ ਆਪਣੇ ਇਸ ਧੀ ਨੂੰ ਆਪਣੇ ਦਿਲੋਂ ਪੜਾਇਆ ਨਾ ਕਰਦੇ। ਦੇਖ ਦੀਏ ਧੀਆਂ ਕਿੱਥੋਂ ਪੜਾਈਆਂ ਹੁੰਦੀਆਂ ਨੇ, ਬਸ ਆ ਦੁਨੀਆਂ ਦੀ ਰੀਤ ਚੱਲੀ ਆਉਂਦੀ ਕਿ ਮਾਪੇ ਧੀਆਂ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ।
ਇਹ ਤਾਂ ਇੱਕ ਹੀ ਚੱਲੀ ਆਉਂਦੀ ਹੈ ਕਿ ਰਾਜੇ ਰਾਣਿਆਂ ਨੂੰ ਵੀ ਧੀਆਂ ਤਾਂ ਵਿਆਹਣੇ ਪੈਂਦੀਆਂ ਨੇ, ਅੱਜ ਅਸੀਂ ਵੀ ਕੁੜੀਏ ਦੇਖ ਤੈਨੂੰ ਕਿਸੇ ਦੇ ਦਰਦ ਆਇਆ ਹੈ ਕਿ ਬਿਲਕੁਲ ਬੜੇ ਪ੍ਰੇਮ ਅਤੇ ਪਿਆਰ ਦੇ ਨਾਲ ਰਹਿਣਾ। ਪਰ ਪਿਤਾ ਜੀ ਦੇਖੋ ਮੈਨੂੰ ਮਿਲਣ ਵਾਸਤੇ ਆਉਂਦੇ ਜਾਂਦੇ ਰਹੋ ਅਤੇ ਮੇਰਾ ਤੁਹਾਡੇ ਵਾਜੋਂ ਹੈ ਹੀ ਕੌਣ। ਹਾਂ ਧੀਏ ਮੈਂ ਤੇਰੇ ਹੱਲ ਜ਼ਰੂਰ ਫਿਰਕਾ ਪਾ ਦਿਆ ਕਰਾਂਗਾ, ਜਦ ਚੇਕ ਕਰੇਗਾ ਤੈਨੂੰ ਮੈਂ ਜ਼ਰੂਰ ਆਏਗਾ। ਠੀਕ ਹੈ ਭਾਈ ਨਸੀਬਾਂ ਦੀਆਂ ਝੋਲੀ ਦੇ ਵਿੱਚ ਪੈ ਗਈਆਂ ਹੈ।